ਸਵਾਗਤ ਕਰਦੇ ਹਾਂ ਜੀ ਆਪ ਸਭ ਦਾ ਅੱਜ ਦੇ ਇਸ ਧਾਰਮਿਕ ਸੈਗਮੈਂਟ ਵਿੱਚ। ਮੈਂ ਹਾਂ ਤੁਹਾਡਾ ਹੋਸਟ ਹਰਪ੍ਰੀਤ ਸਿੰਘ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਅਸੀਂ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਜਿਹੜੀ ਕਿ ਨਿਰੰਤਰ ਸਾਲਾਂ ਬੱਧੀ ਤੁਹਾਡੇ ਨਾਲ ਅਸੀਂ ਸਾਂਝ ਪਾਇਆ ਕਰਾਂਗੇ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ ਅਤੇ ਇਸ ਦੇ ਵਿੱਚ ਜਿਹੜੀ ਸਾਨੂੰ ਵਿਜ਼ਡਮ ਮਿਲਦੀ ਹੈ ਉਸ ਦੇ ਤਹਿਤ ਇੱਕ ਨਵੀਂ ਸੀਰੀਜ਼ ਜਿਸ ਦਾ ਨਾਂ ਰੱਖ ਰਹੇ ਹਾਂ ਗੁਰੂ ਗਿਆਨ ਸਮੁੰਦਰ। ਕਿਹਾ ਜਾਂਦਾ ਹੈ ਕਿ ਜੇਕਰ ਜਿਸ ਗੁਰੂ ਨੂੰ ਅਸੀਂ ਮੰਨਦੇ ਹਾਂ ਜੇਕਰ ਉਸ ਦੀ ਨਾ ਮੰਨੀਏ ਤਾਂ ਫਿਰ ਜੀਵਨ ਵਿਅਰਥ ਜਾਏਗਾ। ਸਾਨੂੰ ਬੜੇ ਮਾਣ ਦੀ ਗੱਲ ਹੈ ਸਾਡੇ ਵਾਸਤੇ ਕਿ ਸਾਡੇ ਕੋਲ ਭਾਈ ਰਾਮ ਸਿੰਘ ਜੀ ਜਿਹੜੇ ਕਿ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿੱਚ ਸੇਵਾ ਨਿਭਾ ਰਹੇ ਨੇ ਇਸ ਸੀਰੀਜ਼ ਵਿੱਚ ਸਾਂਝ ਪਾਉਣ ਲਈ ਆਇਆ ਕਰਨਗੇ ਅਤੇ ਇਸ ਦੇ ਵਿੱਚ ਅਸੀਂ ਜਪਜੀ ਸਾਹਿਬ ਤੋਂ ਲੈ ਕੇ ਐਂਡ ਤੱਕ ਗੱਲਬਾਤ ਕਰਾਂਗੇ ਕਿ ਗੁਰੂ ਗ੍ਰੰਥ ਸਾਹਿਬ ਸਾਨੂੰ ਕੀ ਉਪਦੇਸ਼ ਕਰਦੇ ਨੇ। ਭਾਈ ਸਾਹਿਬ ਕੋਲ ਲੰਬਾ ਤਜਰਬਾ ਹੈ, ਦੇਸ਼ਾਂ ਵਿਦੇਸ਼ਾਂ 'ਚ ਇਹ ਕੈਂਪਸ ਲਾਉਂਦੇ ਨੇ ਬੱਚਿਆਂ ਵਾਸਤੇ, ਫੈਮਲੀਜ਼ ਵਾਸਤੇ ਅਤੇ ਹੁਣ ਇਸ ਚੈਨਲ ਰਾਹੀਂ ਇਸ ਟੀ ਵੀ ਰਾਹੀਂ ਤੁਹਾਡੇ ਨਾਲ ਸਾਂਝ ਪਾਇਆ ਕਰਨਗੇ। ਉਸ ਦੇ ਨਾਲ ਹੀ ਇਹ ਜੋ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ ਇਹ ਸਿਰਫ ਸੁਣਨ ਤੱਕ ਹੀ ਸੀਮਤ ਨਾ ਰਹਿ ਜਾਣ। ਕਿਹਾ ਜਾਂਦਾ ਕਿ ਇੱਕ ਚੰਗਾ ਵਿਦਿਆਰਥੀ ਉਹੀ ਹੁੰਦਾ ਹੈ ਜਿਹੜਾ ਕਿ ਬੈਠ ਕੇ ਕੁਝ ਨਾ ਕੁਝ ਨੋਟਸ ਜ਼ਰੂਰ ਬਣਾਏ। ਸੋ ਇਸ ਕਰਕੇ ਆਪ ਸਭ ਨੂੰ ਬੇਨਤੀ ਕਰਾਂਗੇ ਕਿ ਜ਼ਰੂਰ ਤੁਸੀਂ ਨੋਟਸ ਬਣਾਓ, ਘਰ ਦੇ ਵਿੱਚ ਕਾਪੀ ਕਿਤਾਬ ਲੈ ਕੇ ਪੈਨਸਲ ਬੈਠੋ ਤਾਂ ਕਿ ਤੁਸੀਂ ਇਹ ਜੋ ਗੱਲਾਂ ਬਾਤਾਂ ਕਰ ਰਹੇ ਨੇ ਉਸ ਤੋਂ ਕੁਝ ਲਾਹਾ ਲੈ ਸਕੀਏ। ਅਸੀਂ ਨਾਲ ਹੀ ਇਹ ਪ੍ਰੋਗਰਾਮ ਜੋ ਹੈ ਇਸ ਦੇ ਵਿੱਚ ਆਓ ਸਵਾਗਤ ਕਰਦੇ ਹਾਂ ਭਾਈ ਰਾਮ ਸਿੰਘ ਜੀ ਦਾ। ਇਹ ਬਹੁਤ ਹੀ ਇੱਕ ਨਾਮਵਰ ਸ਼ਖਸੀਅਤ ਨੇ, ਬਹੁਤ ਹੀ ਨਿਮਰਤਾ ਸਹਿਤ ਇਹ ਆਪ ਸਭ ਨੂੰ ਵੀ ਬੇਨਤੀ ਕਰਨਗੇ ਕਿ ਇਹ ਜੋ ਅਸੀਂ ਇੱਕ ਉਪਰਾਲਾ ਕਰ ਰਹੇ ਹਾਂ ਉਸ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ। ਸਹਿਯੋਗ ਮਾਇਆ ਦਾ ਨਹੀਂ ਬਲਕਿ ਸਹਿਯੋਗ ਤੁਹਾਡੇ ਟਾਈਮ ਦਾ, ਕਿਉਂਕਿ ਇਹ ਜੋ ਅਸੀਂ ਗੱਲਾਂ ਕਰ ਰਹੀਆਂ ਨੇ ਇਹ ਬੱਚਿਆਂ ਵਾਸਤੇ, ਮੱਧ ਵਰਗ ਦੇ ਲੋਕਾਂ ਵਾਸਤੇ ਅਤੇ ਨਾਲ ਹੀ ਖਾਸ ਤੌਰ ਦੇ ਉੱਤੇ ਬਜ਼ੁਰਗਾਂ ਵਾਸਤੇ ਵੀ ਬਹੁਤ ਇਨਫੋਰਮੇਟਿਵ ਹੋਏਗਾ। ਸੋ ਆਓ ਅੱਜ ਦੇ ਸੀਰੀਜ਼ ਦੇ ਵਿੱਚ ਸ਼ੁਰੂਆਤ ਕਰਦੇ ਹਾਂ ਭਾਈ ਰਾਮ ਸਿੰਘ ਜੀ ਤੋਂ ਜਾਣਕਾਰੀ ਲੈ ਕੇ ਕਿ ਗੁਰੂ ਗਿਆਨ ਸਮੁੰਦਰ ਦੀ ਜਦ ਅਸੀਂ ਗੱਲ ਕਰਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਨੂੰ ਕੀ ਕੁਝ ਪ੍ਰਾਪਤ ਹੋ ਸਕਦਾ ਹੈ। ਆਓ ਸਵਾਗਤ ਕਰਦੇ ਹਾਂ ਭਾਈ ਰਾਮ ਸਿੰਘ ਜੀ ਦਾ। ਭਾਈ ਸਾਹਿਬ ਜੀ ਜੈ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਸਮਾਂ ਕੱਢ ਕੇ ਤੁਸੀਂ ਸਾਡੇ ਦਰਸ਼ਕਾਂ ਤੱਕ ਸਾਂਝ ਪਾਉਣ ਲਈ ਆਏ ਹੋ ਅਤੇ ਇਹ ਜੋ ਗੁਰੂ ਦੀ ਕਿਰਪਾ ਨਾਲ ਇੱਕ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਇਹ ਇੱਕ ਦੋ ਐਪੀਸੋਡਸ ਨਹੀਂ, ਇਹ ਨਿਰੰਤਰ ਜਿੰਨੀ ਦੇਰ ਗੁਰੂ ਚਾਹੇਗਾ ਉਹ ਚੱਲੇਗੀ, ਜਿਸ ਵਿੱਚ ਕਿ ਸਾਡਾ ਮਕਸਦ ਇਹੀ ਹੋਏਗਾ ਕਿ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਬਾਣੀਆਂ ਪੜ੍ਹਦੇ ਹਾਂ, ਪਾਠ ਸੁਣਦੇ ਹਾਂ, ਕੀ ਕਾਰਨ ਕੀ ਹੋ ਰਿਹਾ ਕਿ ਪਰਿਵਰਤਨ ਨਹੀਂ ਸਾਡੇ ਜੀਵਨ ਵਿੱਚ ਆ ਰਿਹਾ ਹੈਗਾ, ਕਿਸ ਤਰੀਕੇ ਨਾਲ ਉਹ ਸੋਚ ਜੋ ਗੁਰੂ ਦਾ ਸਿਧਾਂਤ ਹੈ ਉਸ ਨੂੰ ਆਪਣੇ ਜੀਵਨ ਵਿੱਚ ਅਸੀਂ ਲਾਗੂ ਕਰਨਾ ਹੈ ਅਤੇ ਰੋਜ਼ਮਰਾ ਜ਼ਿੰਦਗੀ ਦੇ ਐਗਜ਼ਾਮਪਲਸ ਲੈ ਕੇ। ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਗੁਰਦੁਆਰਿਆਂ ਦੇ ਵਿੱਚ ਕਥਾ ਹੁੰਦੀ ਹੈ ਚੰਗਾ ਲੱਗਦਾ ਲੇਕਿਨ ਕਈ ਵਾਰ ਉਹ ਰਿਲੇਟ ਨਹੀਂ ਅਸੀਂ ਕਰ ਸਕਦੇ ਆਪਣੇ ਜੀਵਨ ਦੇ ਨਾਲ। ਤੁਸੀਂ ਤਾਂ ਦੇਸ਼ਾਂ ਵਿਦੇਸ਼ਾਂ 'ਚ ਕੈਂਪ ਲਾਉਂਦੇ ਹੈਗੇ ਹੋ ਅਤੇ ਮੈਂ ਤਾਂ ਕਹਾਂਗਾ ਇੱਕ ਐਕਸਟੈਂਡਡ ਕੈਂਪ ਹੈਗਾ ਇਹ ਜਿਹੜਾ ਅਸੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਵਿੱਚ ਕਿ ਨਿਰੰਤਰ ਅਸੀਂ ਗੱਲਾਂ ਬਾਤਾਂ ਰਾਹੀਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਸੇਧ ਲੈ ਕੇ ਅਸੀਂ ਕੁਝ ਨਾ ਕੁਝ ਸਿੱਖਾਂਗੇ। ਸੋ ਸਵਾਗਤ ਹੈ ਤੁਹਾਡਾ ਜੀ ਇੱਕ ਵਾਰ ਫਿਰ, ਤੇ ਸ਼ੁਰੂਆਤ ਕਰਦੇ ਹਾਂ ਕਿ ਤੁਹਾਡਾ ਜੋ ਐਕਸਪੀਰੀਅੰਸ ਹੈ ਸਾਰਾ, ਤੁਸੀਂ ਕੈਂਪਸ ਜੋ ਲਾਉਂਦੇ ਹੋ, ਸੋ ਜਦੋਂ ਅਸੀਂ ਗੁਰੂ ਗਿਆਨ ਸਮੁੰਦਰ ਇਸ ਸੀਰੀਜ਼ ਦਾ ਨਾਂ ਰੱਖਿਆ ਹੈ ਇਸ ਸਮੁੰਦਰ 'ਚੋਂ ਕੀ ਕੁਝ ਅਸੀਂ ਲੱਭ ਸਕਦੇ ਹਾਂ। ਹਾਂਜੀ ਵੀਰ ਜੀ, ਸ਼ੁਕਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਅਤੇ ਵਿਸ਼ੇਸ਼ ਥੈਂਕ ਯੂ ਤੁਹਾਡਾ ਜੀ ਹਾਂ, ਕਿਉਂਕਿ ਇਹ ਸੁਪਨਾ ਇਹ ਥਾਟ ਤੁਹਾਡੀ ਹੈ ਕਿ ਇਹ ਗੁਰੂ ਪਾਤਸ਼ਾਹ ਦਾ ਸਾਨੂੰ ਦਿੱਤਾ ਹੋਇਆ ਖਜ਼ਾਨਾ ਆਪਾਂ ਘਰ ਘਰ ਤੱਕ ਕਿਵੇਂ ਪਹੁੰਚਾਈਏ ਜੀ। ਔਰ ਜਦੋਂ ਅਸੀਂ ਕੌਮੀ ਹਾਲਾਤ ਦੇਖਦੇ ਹਾਂ, ਕੌਮ ਜਿਨ੍ਹਾਂ ਜਿਨ੍ਹਾਂ ਹਾਲਾਤਾਂ ਵਿੱਚੋਂ ਦੀ ਆਈ, ਕਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ, ਉਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਆਉਂਦਾ ਦੋ ਵਾਰੀ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕੌਮ 'ਤੇ ਵਿਖਮ ਘੜੀਆਂ ਸ਼ੁਰੂ ਹੋ ਜਾਂਦੀਆਂ ਨੇ। ਕੌਮ ਜੰਗਲਾਂ ਦੇ ਵਿੱਚ ਤਕਰੀਬਨ ਅੱਧੀ ਸਦੀ ਕੈਸਾ ਭਿਆਨਕ ਮਾਹੌਲ ਆਉਂਦਾ, ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਜਾਂਦਾ, ਖਾਲਸੇ ਦਾ ਰਾਜ ਜਿਸ ਨੂੰ ਕਿਹਾ। ਉਸ ਤੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚਲਿਆ ਜਾਂਦਾ ਹੈ, ਮਹੰਤਾਂ ਦੇ ਕਬਜ਼ੇ ਆ ਜਾਂਦੇ ਨੇ ਜੀ। ਫਿਰ ਇੱਕ ਲਹਿਰ ਉੱਠਦੀ ਹੈ ਜਿਹਦੇ 'ਚੋਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਕਲਦੀ ਹੈ, ਫਿਰ ਗੁਰਦੁਆਰਿਆਂ 'ਤੇ ਇੱਕ ਪੰਥਕ ਪ੍ਰਬੰਧ ਸ਼ੁਰੂ ਹੁੰਦਾ ਹੈ ਜੀ। ਇਹ ਅਪ ਐਂਡ ਡਾਊਨ ਆਉਂਦੇ ਰਹੇ ਨੇ ਔਰ ਹਰ ਦੁਖਾਂਤ ਤੋਂ ਬਾਅਦ ਇੱਕ ਚੜ੍ਹਦੀ ਕਲਾ ਹੁੰਦੀ ਰਹੀ ਹੈ। ਇੱਕ ਗੱਲ ਤਾਂ ਮੰਨਣੀ ਪਵੇਗੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕਲਾ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਕੌਮੀ ਪੱਧਰ ਤੇ ਤਾਂ ਵਰਤ ਹੀ ਰਹੀ ਹੈ ਠੀਕ, ਔਰ ਇਹ ਖਜ਼ਾਨਾ ਸਾਰੀ ਦੁਨੀਆ ਵਾਸਤੇ ਹੈ ਜੀ, ਘਰ ਘਰ ਤੱਕ ਪਹੁੰਚਣਾ ਚਾਹੀਦਾ ਸੀ। ਬਹੁਤ ਯਤਨ ਹੋ ਰਹੇ ਨੇ, ਜਿੱਥੇ ਗੁਰਦੁਆਰਾ ਸਾਹਿਬਾਨਾਂ ਰਾਹੀਂ ਯਤਨ ਹੋ ਰਹੇ ਨੇ ਉੱਥੇ ਖਾਲਸਾ ਸਕੂਲਾਂ ਰਾਹੀਂ ਵੀ ਯਤਨ ਹੋ ਰਹੇ ਨੇ, ਗੁਰਮਤਿ ਕੈਂਪ, ਗੁਰਮਤਿ ਕਲਾਸਾਂ, ਬਹੁਤ ਕੁਝ ਹੋ ਰਿਹਾ ਜੀ, ਪਰ ਲੱਗਦਾ ਹਾਲੇ ਬਹੁਤ ਕੁਛ ਹੋਰ ਰਹਿੰਦਾ। ਉਹਦੇ 'ਚੋਂ ਇੱਕ ਯਤਨ ਇਹ ਆਇਆ ਜੀ, ਮੈਨੂੰ ਬਹੁਤ ਚੰਗਾ ਲੱਗਿਆ ਸੀ ਜਿਸ ਵੇਲੇ ਤੁਸੀਂ ਇਹ ਆਪਣੇ ਮਨ ਦਾ ਫੁਰਨਾ ਪ੍ਰਗਟ ਕੀਤਾ ਸੀ ਕਿ ਇਹ ਖਜ਼ਾਨਾ ਘਰ ਘਰ ਤੱਕ ਪਹੁੰਚਾਇਆ ਜਾਵੇ। ਇੱਛਾ ਮੇਰੀ ਵੀ ਸੀ ਜੀ, ਕਿਉਂਕਿ ਇੱਕ ਪਲੇਟਫਾਰਮ ਤੇ ਸੋਰਸ ਦੋਨੋਂ ਚਾਹੀਦੇ ਨੇ ਜੀ। जे आपां अगे नहीं लगांगे गुरु पातशाह ने किसी होर तो करा लेना। बिल्कुल संगतां दे अंदर बड़ी भुख है, जितने दर्शक देख रहे हैं सारे दे अंदर ये जरूर एक सुपना है कि काश साडे बच्चे गुरबाणी नाल जुड़ जाण, ठीक साडे बच्चे गुरु पातशाह दे विरसे नाल जुड़ जाण, हर कोई चाहुंदा है जी। पर यतन भी हो रहे ने, एक ऐसा समुंदर है गुरु पातशाह दा खजाना। तीन शब्द तुसीं भी साडे सारे दर्शक भी जदों गुरबाणी दा पाठ करदे हैं जां कीर्तन सुनदे हैं कथा सुनदे हैं वो तीन शब्द आउंदे ने, पर साडा कई वारी ध्यान नहीं जांदा। एक शब्द है गुरु जी, दूसरा शब्द है गुर, तीसरा शब्द है सतगुर। अक्सर असीं तिन्नां दे अर्थ इक्को ही कर लैंदे हां। इहनूं थोड़ा जिहा असीं ਇਹਦੇ 'ਚ ਟੁੱਬੀ ਮਾਰੀ ਹੈ ਨਾ ਸ਼ਬਦਾਂ 'ਚ, ਬੜੀ ਕਮਾਲ ਦੀ ਚੀਜ਼ ਪਈ ਹੈ। ਗੁਰੂ ਸ਼ਬਦ ਵਿਜ਼ੀਬਲ ਪਾਰਟ ਹੈ, ਅੱਖਾਂ ਨਾਲ ਦਿਖਾਈ ਦੇਣ ਵਾਲਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੂਪ ਜੀ, ਕਿਤੇ ਵੀ ਪ੍ਰਕਾਸ਼ ਹੈ, ਕਿਤੇ ਵੀ ਸੁਖਾਸਨ ਹੈ, ਗੁਰੂ ਸਰੂਪ ਹੈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਜੀ। ਕਿਤੇ ਵੀ ਸੈਂਚੀਆਂ ਗੁਟਕੇ, ਹਰ ਘਰ ਵਿੱਚ ਗੁਟਕਾ ਸਾਹਿਬ ਹਰ ਇੱਕ ਕੋਲੇ ਹੈ ਜੀ। शायद साडा ध्यान नहीं जा रहा कि उस गुटका साहब के अंदर जपजी साहब की बाणी है। इसका मतलब धन गुरु नानक पातशाह जी साडे घर विच बैठे ने, उस विच आनंद साहब की बाणी है, गुरु अमरदास साहब जी महाराज साडे घर विच बैठे ने जी। गुटका साहब, पोथियां, सैंचियां, जिथे भी गुरबाणी लिखी है मोटो के रूप में लिखी है, जिदा भी है वो गुरु स्वरूप है। जदों असीं पाठ करते हाँ जां सुनते हाँ ਤਾਂ ਇਹਦਾ ਮਤਲਬ ਉਸ ਗੁਰਬਾਣੀ ਅੰਦਰ ਉਪਦੇਸ਼ ਵੀ ਨੇ, ਟੀਚਿੰਗ ਜੀ। ਜਿਹੜੀ ਟੀਚਿੰਗ ਹੈ ਨਾ ਜੀ, ਉਹ ਗੁਰ ਸਰੂਪ ਹੈ। ਪੰਜਾਬੀ ਵਿੱਚ ਇੱਕ ਸ਼ਬਦ ਵਰਤਦੇ ਸੀ ਸਾਡੇ ਦਰਸ਼ਕਾਂ ਵਿੱਚੋਂ ਸਾਰੇ ਬਜ਼ੁਰਗਾਂ ਨੂੰ ਪਤਾ ਹੈ ਜੀ, ਔਰ ਮੇਰਾ ਖਿਆਲ ਹੈ ਵੀ ਜਿਹੜੇ ਮਿਡਲ ਏਜ ਵਾਲੇ ਨੇ 40-45 ਸਾਲ ਵਾਲੇ ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਪਿੰਡਾਂ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਸੀ, ਇਹ ਗੁਰ ਤੂੰ ਕਿੱਥੋਂ ਲਿਆ ਗੁਰ, ਠੀਕ। ਉਹ ਜਦੋਂ ਅਸੀਂ ਪਾਠ ਕਰਦੇ ਹਾਂ ਜਾਂ ਸੁਣਦੇ ਹਾਂ ਤਾਂ ਅਸੀਂ ਗੁਰੂ ਸਾਹਿਬ ਕੋਲ ਚੱਲ ਕੇ ਗਏ ਹਾਂ, ਅਸੀਂ ਵਾਪਸ ਆਵਾਂਗੇ ਗੁਰੂ ਸਾਹਿਬ ਉੱਥੇ ਰਹਿਣਗੇ। ਸਤਿਗੁਰ ਸੱਚੇ ਪਾਤਸ਼ਾਹ ਸੁਖਾਸਨ ਸਥਾਨ ਤੇ ਚਲੇ ਜਾਂਦੇ ਨੇ, ਪ੍ਰਕਾਸ਼ ਸਥਾਨ ਤੇ ਆ ਜਾਂਦੇ ਨੇ। ਜਿਹੜਾ ਫਿਜ਼ੀਕਲ ਫਾਰਮ ਹੈ ਇਹ ਦੂਰੀ ਨੇੜਤਾ ਹੈ, ਅਸੀਂ ਵਾਪਸ ਆ ਗਏ, ਚੱਲ ਕੇ ਗਏ। ਪਰ ਉੱਥੋਂ ਜਿਹੜੀਆਂ ਸਿੱਖਿਆਵਾਂ ਸੁਣੀਆਂ, ਜਿਹੜੀ ਸਿੱਖਿਆ ਯਾਦ ਰਹਿ ਗਈ ਉਹ ਸਾਡੀ ਮੱਤ ਵਿੱਚ ਹੈ। ਆਪਾਂ ਦੋਨੋਂ ਗਏ, ਸਾਡੇ ਦਰਸ਼ਕ ਗਏ, ਇੱਕੋ ਹੀ ਕੀਰਤਨ ਸੁਣਿਆ ਸਾਰਿਆਂ ਨੇ ਇੱਕੋ ਥਾਂ ਤੇ ਬੈਠ ਕੇ। ਤੁਹਾਡੇ ਦੋ ਵੱਖਰੀਆਂ ਸਿੱਖਿਆਵਾਂ ਮਨ 'ਚ ਵਸ ਗਈਆਂ, ਵਾਓ ਆਹ ਤੇ ਮੇਰੇ ਬੱਚਿਆਂ ਵਾਸਤੇ ਬੜੀ ਵਧੀਆ ਚੀਜ਼ ਹੈ। ਕਿਸੇ ਦੂਸਰੇ ਤੇ ਵਸ ਗਈ ਹੋਰ ਦੋ ਸਿੱਖਿਆਵਾਂ ਜੀ, ਵੀ ਆਹ ਤਾਂ ਸਾਡੇ ਪਰਿਵਾਰ ਵਾਸਤੇ ਬੜੀ ਵਧੀਆ। ਤੀਜੇ ਦੇ ਇੱਕ ਹੋਰ ਸਿੱਖਿਆ ਵਸ ਗਈ ਜੀ, ਗੁਰ ਮੇਰਾ ਹੈ, ਉਹ ਗੁਰ ਸਰੂਪ ਅੰਦਰ ਹੈ। ਤੁਹਾਡੇ ਹੋਰ ਦੋ ਸਿੱਖਿਆ ਵਸ ਗਈਆਂ ਉਸੇ ਕੀਰਤਨ 'ਚੋਂ, ਉਸੇ ਕਥਾ ਵਿੱਚੋਂ। ਮੇਰੇ ਅੰਦਰ ਦੋ ਹੋਰ ਵਸ ਗਈਆਂ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਜਿੱਥੇ ਵੀ ਜਾਵਾਂਗੇ ਉਹ ਸਾਡੇ ਅੰਦਰ ਹੈ। ਨੈਕਸਟ ਪੁਆਇੰਟ ਬੜਾ ਕਮਾਲ ਦਾ ਹੈ, ਸਿੱਖਿਆ ਤਾਂ ਅੰਦਰ ਬੈਠ ਗਈ। ਫੋਰ ਐਗਜ਼ਾਮਪਲ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਰਨਾ ਹੰਡਾਏ। ਬੜਾ ਚੰਗਾ ਲੱਗਿਆ ਵੀ ਸਾਨੂੰ ਗੁੱਸਾ ਹੰਡਾਉਣਾ, ਭਾਵ ਬਾਰ-ਬਾਰ ਸਾਨੂੰ ਫੋਕਸ ਨਹੀਂ ਕਰਨਾ ਚਾਹੀਦਾ। ਜਦੋਂ ਅਸੀਂ ਫੋਕਸ ਕਰਾਂਗੇ ਤਾਂ ਅਸੀਂ ਅੰਦਰ ਐਂਗਰ ਦੀ ਵੇਵ ਖੁਦ ਪੈਦਾ ਕਰ ਰਹੇ ਹਾਂ ਜੀ, ਤਾਂ ਕਿ ਅਸੀਂ ਨਾਰਮਲ ਹੋ ਸਕੀਏ। ਦੇਹੀ ਰੋਗ ਨਾ ਲੱਗੇ, ਇਹਦਾ ਸੰਬੰਧ ਸਾਡੀ ਗੁੱਡ ਹੈਲਥ ਨਾਲ ਵੀ ਹੈ, ਠੀਕ। ਅਸੀਂ ਬਚ ਜਾਵਾਂਗੇ ਬਲੱਡ ਪ੍ਰੈਸ਼ਰ, ਹਾਰਟ ਵਗੈਰਾ ਦੀਆਂ ਉਹਨਾਂ ਚੀਜ਼ਾਂ ਤੋਂ ਜੀ, ਜੇ ਗੁੱਸੇ ਨੂੰ ਮੈਨੇਜ ਕਰਾਂਗੇ, ਐਂਗਰ ਮੈਨੇਜ ਕਰਾਂਗੇ ਜੀ। ਦੇਹੀ ਰੋਗ ਨਾ ਲੱਗੇ, ਪੱਲਾ ਸਭ ਕੁਝ ਪਾਏ, ਅੰਦਰ ਬਖਸ਼ਿਸ਼ ਤੇ ਸ਼ਾਂਤੀ, ਵਾਹਿਗੁਰੂ ਜੀ ਦੀ ਯਾਦ ਬਣੇਗੀ, ਇਹ ਸਭ ਕੁਝ ਹੈ ਅੰਦਰ ਬਸ ਜਾਏਗਾ। ਬੜਾ ਚੰਗਾ ਲੱਗਿਆ, ਯਾਦ ਵੀ ਆ ਗਿਆ ਜੀ। ਪਰ ਜਦੋਂ ਮਨ ਅੰਦਰ ਤਿੰਨ ਵਿਧੀਆਂ ਨੇ ਜਿਹਨੂੰ ਤਿਰਵਿਧ ਰੋਗ ਕਿਹਾ ਹੈ, ਜਿਹਦੇ ਨਾਲ ਸਾਡੀ ਸਾਈਕੋਲੋਜੀਕਲੀ ਇਨਵਾਇਰਨਮੈਂਟ ਵਿੱਚ ਰੋਗ ਪੈਦਾ ਹੁੰਦਾ ਹੈ। ਇੱਕ ਹੈ ਇਨਕਨਵੀਨੀਅੰਟ ਫੀਲਿੰਗ ਜੀ, ਸੈਕੰਡ ਹੈ ਇਰੀਟੇਸ਼ਨ, ਥਰਡ ਹੈ ਐਂਗਰ, ਰਾਈਟ। ਇਨਕਨਵੀਨੀਅੰਟ ਫੀਲਿੰਗ ਨੂੰ ਆਪਾਂ ਪੰਜਾਬੀ ਵਿੱਚ ਕਹਾਂਗੇ ਕਿਉਂਕਿ ਸਾਡੇ ਬਹੁਤ ਸਾਰੇ ਬਜ਼ੁਰਗ ਵੀ ਸੁਣਦੇ ਹੋਣਗੇ ਹੈ ਨਾ, ਜਿਨ੍ਹਾਂ ਨੂੰ ਸ਼ਾਇਦ ਇੰਗਲਿਸ਼ ਦੇ ਸ਼ਬਦ ਥੋੜਾ ਉਸ ਤਰ੍ਹਾਂ ਲੱਗਣ, ਇਸ ਲਈ ਆਪਾਂ ਪੰਜਾਬੀ ਸ਼ਬਦ ਵੀ ਨਾਲ ਨਾਲ ਵਰਤਾਂਗੇ। ਇਨਕਨਵੀਨੀਅੰਟ ਫੀਲਿੰਗ ਨੂੰ ਅਸੀਂ ਕਹਿੰਦੇ ਘੁਟਣ ਮਹਿਸੂਸ ਹੋਣੀ, ਠੀਕ ਹੈ, ਚੰਗਾ ਨਾ ਲੱਗਣਾ। ਇਰੀਟੇਸ਼ਨ ਚਿੜਚਿੜਾਪਣ, ਮਨ ਚਿੜ ਗਿਆ, ਰਾਈਟ, ਖਿਝ ਗਿਆ। ਐਂਗਰ ਗੁੱਸਾ ਆ ਗਿਆ ਜੀ, ਕ੍ਰੋਧ ਆ ਗਿਆ। ਇਹ ਤਿਰਵਿਧ ਰੋਗ ਹੈ, ਤਿੰਨ ਤਰ੍ਹਾਂ ਦੇ ਨਾਲ ਅੰਦਰ ਸਾਈਕੋਲੋਜੀਕਲੀ ਡਿਸੀਜ਼ਸ ਪੈਦਾ ਹੁੰਦੇ ਨੇ ਜੀ, ਮਾਨਸਿਕ ਰੋਗ ਜਿਹਨੂੰ ਆਪਾਂ ਕਹਿੰਦੇ ਮਨ ਦੇ ਰੋਗ ਪੈਦਾ ਹੁੰਦੇ ਨੇ। ਬੜਾ ਚੰਗਾ ਲੱਗਿਆ, पर जदों ये तिन्ना चो कोई चीज वापर गई, इरिटेट हो गया, गुस्सा आ गया, मन च इनकन्वीनियंट फीलिंग पैदा होगी, तो याद ही नहीं रहती सिक्ख्या। बिल्कुल, सुन लिया, सीख लिया, याद नहीं रहती। जे याद आ गई तो अंदरों आवाज उठी, असं कहने भी तेन उदो गुस्सा नहीं आया, कहता आया सी, ते तू बोलिया नहीं, वो कहता एक बारी तो मन च आया सी बोला, फिर ना मैनू पंक्ति याद आ गई, फरीदा बुरे दा भला कर। वो जिहड़ी याद आ गई असीं कहने हैं ना, वो अंदर आवाज़ है, वो सच्चा ज्ञान है, तो वो सतगुर स्वरूप है जी। सो सतगुर प्यारा मेरा नाल है, जिथे किथे मैनू ले छड़ाए। ठीक, अज तुहाडे मन विच मेरे मन विच पंथक जथेबंदियां दे, पंथक विद्वान सज्जनां दे या चेतना दे वारस हर एक दे मन विच जरूर ख्याल हैगा भी इन्ना कुछ होण दे बावजूद बदलाव क्यों नहीं आ रहा। ਤੇ ਆਪਾਂ ਇਸੇ ਚੀਜ਼ ਤੇ ਫੋਕਸ ਕਰਾਂਗੇ ਕਿ ਛੋਟੇ ਛੋਟੇ ਨੁਕਤੇ ਨੇ, ਅਗਰ ਉਹ ਅਸੀਂ ਘਰ ਘਰ ਤੱਕ ਪਹੁੰਚਾ ਗਏ ਜੀ, ਸਾਡੇ ਬੱਚਿਆਂ ਤੱਕ ਪਹੁੰਚਾ ਗਏ, ਜਾਂ ਉਹ ਸਾਡੇ ਮਨਾਂ ਤੱਕ ਹਿਰਦੇ ਤੱਕ ਪਹੁੰਚ ਗਏ, ਤਾਂ ਬਦਲਾਵ ਆਉਂਦਾ ਹੈ, ਆਉਂਦਾ ਸੀ, ਆਉਂਦਾ ਰਹੇਗਾ। ਬਿਲਕੁਲ, ਉਹਨਾਂ ਚੋਂ ਦੋ ਨੁਕਤੇ ਲੈ ਕੇ ਆਪਾਂ ਚੱਲਾਂਗੇ ਜੀ, ਸਾਡੇ ਦਰਸ਼ਕ ਵੀ ਨੋਟ ਕਰ ਲੈਣ ਕਿ ਇਹ ਗੁਰੂ ਗਿਆਨ ਸਮੁੰਦਰ ਦੇ ਵਿੱਚੋਂ ਜੇ ਮੋਤੀ ਚੁਗਣੇ ਨੇ ਤਾਂ ਦੋ ਮੋਤੀ ਨੇ ਜੀ। ਇੱਕ ਮੋਤੀ ਹੈ ਸਾਡਾ ਜੋ ਮਹਿਸੂਸ ਕਰਨ ਦਾ ਤਲ ਹੈ, ਫੀਲਿੰਗ ਲੈਵਲ ਜੀ, ਇਹ ਇੰਪਰੂਵਮੈਂਟ ਇਹਦੇ ਚ ਆਉਣੀ ਚਾਹੀਦੀ ਹੈ, ਸੁਧਾਰ ਹੋਣਾ ਚਾਹੀਦਾ। ਠੀਕ ਹੈ, ਇਹਨੂੰ ਮੈਂ ਥੋੜਾ ਜਿਹਾ ਹੋਰ ਐਕਸਪਲੇਨ ਕਰਾਂਗਾ ਕਿਉਂਕਿ ਅਗਲੇ ਐਪੀਸੋਡ ਤੋਂ ਆਪਾਂ ਫਿਰ ਗੁਰਬਾਣੀ ਤੋਂ ਸਾਰਾ ਕੁਝ ਕੰਟੀਨਿਊ ਜਿਵੇਂ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਜੀ। ਬਿਲਕੁਲ ਭਾਈ ਸਾਹਿਬ, ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ। ਸੋ ਅਸੀਂ ਗੁਰੂ ਦੇ ਸਿੱਖ ਹੈਗੇ ਹਾਂ ਅਤੇ ਸਾਡਾ ਫਰਜ਼ ਬਣਦਾ ਹੈ ਕਿ ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਅਸੀਂ ਆਪਣੇ ਜੀਵਨ ਵਿੱਚ ਉਹਨਾਂ ਨੂੰ ਲਾਗੂ ਕਰੀਏ। ਬ੍ਰੇਕ ਤੋਂ ਬਾਅਦ ਆਪ ਜੀ ਤੋਂ ਹੋਰ ਜਾਣਕਾਰੀ ਲੈਣੇ। My name is Jeevan Bath, and I'd like to tell you why you should purchase your next vehicle from Sukhi Bath Motors. Sukhi Bath has been selling quality pre-owned vehicles for 37 years. All of our vehicles come with a certified inspection report, and history reports are available for all vehicles. All of our sales staff is fully licensed. We promise to give you the best customer service experience. Last but not least, we provide financing for everybody, regardless of your credit situation. Visit sukhibathmotors.com today. स्वागत है जी एक बार फिर आप सब दा इस सेगमेंट विच। भाई राम सिंह जी नाल असीं सांझ पा रहे हां ते जिस तरह मैं ब्रेक तो पहला भी गल कीती सी, जो असीं गल्लां सुनियां ने निवेकलियां होणियां ने। बहुत ਜ਼ਰੂਰਤ ਹੈ ਸਾਨੂੰ ਕਿ ਪਾਠ ਅਸੀਂ ਕਰੀਏ, ਪੜ੍ਹੀਏ, ਪਰ ਉਸ ਦੇ ਨਾਲ ਨਾਲ ਜਦ ਤੱਕ ਸਾਡੀ ਸਮਝ ਦੇ ਵਿੱਚ ਇਹ ਗੱਲ ਨਹੀਂ ਬੈਠੇਗੀ ਤਾਂ ਫਿਰ ਘਰਾਂ ਦੇ ਵਿੱਚ ਕਲੇਸ਼ ਜਿਹੜੇ ਅੱਜ ਫੈਲਦੇ ਰਹੇ ਨੇ, ਸਮਾਜ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ, ਇਹ ਸਾਨੂੰ ਵੇਖਣ ਨੂੰ ਮਿਲਣਗੀਆਂ। ਇਸ ਵਾਸਤੇ ਉਪਰਾਲਾ ਇਹ ਕੀਤਾ ਜਾ ਰਿਹਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ, ਅਤੇ ਖਾਸ ਤੌਰ 'ਤੇ ਧੰਨਵਾਦੀ ਦੁਬਾਰਾ ਭਾਈ ਸਾਹਿਬ ਦੇ ਕਿ ਇਹ ਸਮਾਂ ਕੱਢ ਕੇ ਬੇਸਿਕ ਲੈਵਲ ਤੋਂ ਸਟਾਰਟ ਕਰਕੇ ਹੌਲੀ ਹੌਲੀ ਸਾਨੂੰ KG ਤੋਂ ਲੈ ਕੇ PhD ਜਿਹੜੀ ਹੈਗੀ ਉਹ ਕਰਵਾਉਣ ਦੀ ਕੋਸ਼ਿਸ਼ ਕਰਨਗੇ, ਪਰ ਇਹ ਸਾਡੇ 'ਤੇ ਡਿਪੈਂਡ ਕਰੇਗਾ ਅਸੀਂ ਕਿੰਨਾ ਕੁ ਗ੍ਰਾਸਪ ਕਰਨਾ ਚਾਹੁੰਦੇ ਹਾਂ। ਸੋ ਜਿਸ ਤਰ੍ਹਾਂ ਬੇਨਤੀ ਕੀਤੀ ਸੀ, ਹੁਣ ਤੱਕ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਾਰੇ ਕਾਪੀਆਂ ਪੈਨਸਲਾਂ ਲੈ ਕੇ ਬੈਠੇ ਹੋਵੋਗੇ ਕਿਉਂਕਿ ਭਾਈ ਸਾਹਿਬ ਨੇ ਜਿਹੜੀਆਂ ਗੱਲਾਂ ਕਰਨੀਆਂ ਨੇ ਇਹ ਸਾਡੀ ਰੋਜ਼ਮਰਾ ਜ਼ਿੰਦਗੀ ਨਾਲ ਰਿਲੇਟਡ ਹੋਣਗੀਆਂ। ਸਟ੍ਰੈਸ ਦੀ ਗੱਲ, ਡਿਪਰੈਸ਼ਨ ਦੀ ਗੱਲ, ਐਂਗਜ਼ਾਇਟੀ ਦੀ ਗੱਲ, ਟੈਨਸ਼ਨ ਦੀ ਗੱਲ, ਗੁੱਸੇ ਦੀ ਗੱਲ, ਘਰਾਂ ਦੇ ਵਿੱਚ ਸਮੱਸਿਆਵਾਂ ਦੀ ਗੱਲ, ਸਮਾਜ ਦੇ ਵਿੱਚ ਜਿਹੜੇ ਇਸ਼ੂਜ਼ ਨੇ, ਇਹ ਸਭ ਕੁਝ ਅਸੀਂ ਟੱਚ ਕਰਾਂਗੇ, ਪਰ ਨਾਲ ਨਾਲ ਸਿਧਾਂਤਕ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਕੁਝ ਸਾਨੂੰ ਕਿਹਾ ਗਿਆ ਉਸ 'ਤੇ ਹੀ ਅਸੀਂ ਫੋਕਸ ਕਰਕੇ ਸੋਲਿਊਸ਼ਨ ਓਰੀਐਂਟਡ ਗੱਲਾਂ ਬਾਤਾਂ ਕਰਾਂਗੇ। ਸੋ ਮੁੜ ਤੋਂ ਤੁਹਾਨੂੰ ਜੋੜਦੇ ਹਾਂ ਇਸ ਸੀਰੀਜ਼ ਦੇ ਵਿੱਚ। ਜਿਸ ਤਰ੍ਹਾਂ ਭਾਈ ਸਾਹਿਬ ਬ੍ਰੇਕ ਤੋਂ ਪਹਿਲਾਂ ਕੁਝ ਮੋਤੀਆਂ ਦੀ ਗੱਲ ਕਰ ਰਹੇ ਸੀ ਕਿਉਂਕਿ ਗੁਰ ਗਿਆਨ ਸਮੁੰਦਰ ਇਸ ਸੀਰੀਜ਼ ਦਾ ਨਾਂ ਹੈ, ਅਤੇ ਸਮੁੰਦਰ ਦੇ ਵਿੱਚੋਂ ਅਸੀਂ ਕੀ ਲੱਭਦੇ ਹਾਂ ਇਹ ਸਾਡੇ 'ਤੇ ਡਿਪੈਂਡ ਕਰਦਾ ਹੈ। ਇਹ ਦੋ ਮੋਤੀ ਕਿਹੜੇ ਨੇ ਜਿਨ੍ਹਾਂ 'ਤੇ ਸਾਨੂੰ ਕੰਮ ਕਰਨ ਦੀ ਲੋੜ ਹੈ, ਆਓ ਜਾਣਕਾਰੀ ਲੈਂਦੇ ਜੀ ਭਾਈ ਸਾਹਿਬ ਜੀ। ਥੈਂਕ ਯੂ ਵੀਰ, ਇੱਕ ਤੁਹਾਡੇ ਸ਼ਬਦ ਜਿਹੜੇ ਸਨ ਬੜੇ ਹੀ ਕਮਾਲ ਦੇ ਸੀ। ਹੁਣ ਜੀ ਉਹਦੇ 'ਚ ਮੈਂ ਇੱਕ ਸ਼ਬਦ ਹੋਰ ਐਡ ਕਰਾਂਗਾ। ਆਪਾਂ ਦੋਨੋਂ ਅਤੇ ਸਾਡੇ ਦਰਸ਼ਕ ਜੀ, ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਦੇ ਗੁਰ ਗਿਆਨ ਸਮੁੰਦਰ ਵਿੱਚੋਂ ਮੋਤੀ ਚੁਗਣ ਦਾ ਸਾਰੇ ਯਤਨ ਕਰ ਰਹੇ ਹਾਂ। PhD ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਰਵਾਉਣੀ ਹੈ। ਬਿਲਕੁਲ, ਔਰ ਮੈਂ ਤਾਂ ਕਹਿਣਾ ਵੀ PhD ਲਿਟਰੇਸੀ ਇਹ ਤੇ ਬਹੁਤ ਪਿੱਛੇ ਰਹਿ ਜਾਣਗੀਆਂ ਗੱਲਾਂ। ਠੀਕ, ਆਪਾਂ ਗੱਲ ਕਰ ਰਹੇ ਸੀ ਮੋਤੀ। ਪਹਿਲਾ ਹੈ ਮਹਿਸੂਸ ਕਰਨ ਦਾ ਤਾਲਾ ਜੀ। ਸਾਡੇ ਦਰਸ਼ਕਾਂ ਦੇ ਕਿਸੇ ਦੇ ਵੀ ਘਰ ਵਿੱਚ ਬਜ਼ੁਰਗਾਂ ਦੀ ਬੇਕਦਰੀ ਨਹੀਂ ਹੋਣੀ ਚਾਹੀਦੀ। ਅਗਰ ਬਜ਼ੁਰਗਾਂ ਦੀ ਬੇਕਦਰੀ ਹੋ ਰਹੀ ਹੈ ਜੀ, ਤੇ ਉਹਨਾਂ ਦਾ ਮਹਿਸੂਸ ਕਰਨ ਦਾ ਜਿਹੜਾ ਤਲ ਹੈ, ਫੀਲਿੰਗ ਲੈਵਲ, ਉਹ ਡਾਊਨ ਹੈ। ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਮੇਰੀ ਮਾਂ ਮੇਰਾ ਰੱਬ ਦਾ ਰੂਪ ਹੈ। ਠੀਕ, ਮੇਰੇ ਦਾਦਾ ਜੀ, ਮੇਰੀ ਦਾਦੀ ਜੀ, ਮੇਰੇ ਮਾਤਾ ਪਿਤਾ ਮੇਰੇ ਲਈ ਰੱਬ ਦਾ ਪੂਰਾ ਰੂਪ ਹੈ। ਰੱਬ ਨੂੰ ਤੇ ਮੈਂ ਕਦੀ ਦੇਖਿਆ ਨਹੀਂ ਅੱਖਾਂ ਨਾਲ, ਪਰ ਸਾਡੇ ਬਜ਼ੁਰਗ ਸਾਡੇ ਲਈ ਰੱਬ ਦਾ ਰੂਪ ਹੈ। ਇਹ ਕਦੋਂ ਮਹਿਸੂਸ ਹੋਏਗਾ? ਜਦੋਂ ਇਹ ਫੀਲਿੰਗ ਲੈਵਲ ਬੈਟਰ ਹੋਏਗੀ, ਜਿਹੜਾ ਅਪਗ੍ਰੇਡ ਹੋ ਜਾਏਗਾ। ਬਿਲਕੁਲ। ਪਤੀ ਪਤਨੀ ਇੱਕ ਐਸਾ ਰਿਸ਼ਤਾ ਹੈ, ਇਹਨੂੰ ਅਸੀਂ ਕਹਿੰਦੇ ਲਾਈਫ ਪਾਰਟਨਰ। ਠੀਕ, ਇਹਦਾ ਮਤਲਬ ਪਤਨੀ ਦੇ ਅੰਦਰ ਕੋਈ ਵੀ ਚਿੰਤਾ ਹੈ, ਕੋਈ ਵੀ ਦੁੱਖ ਹੈ, ਉਹਨੂੰ ਕਿਸੇ ਹੋਰ ਕੋਲੇ ਬੋਲ ਕੇ ਦੱਸਣਾ ਪਵੇ ਗੱਲ ਵੱਖਰੀ ਹੈ, ਪਰ ਉਹਨੂੰ ਪਤੀ ਨੂੰ ਕਿਉਂ ਬੋਲ ਕੇ ਦੱਸਣਾ ਪਵੇ? ਪਤੀ ਤੇ ਉਹਦੇ ਵੱਲ ਬਿਨਾਂ ਦੇਖੇ ਤਾਂ ਉਹਨੂੰ ਵਾਈਬ੍ਰੇਸ਼ਨ ਤੋਂ ਹੀ ਉਹਨੂੰ ਪਤਾ ਲੱਗ ਜਾਵੇ। ਉਹ ਪੁੱਛੇ ਵੀ ਕੀ ਗੱਲ, ਅੱਜ ਉਦਾਸੀ ਕਿਉਂ ਹੈ, ਅੱਜ ਨਿਰਾਸ਼ ਕਿਉਂ ਹੈ? ਪਤੀ ਦੇ ਅੰਦਰ ਕੋਈ ਚਿੰਤਾ ਹੈ ਜੀ, ਪਤੀ ਦੇ ਅੰਦਰ ਕੋਈ ਦੁੱਖ ਹੈ, ਪਤੀ ਦੇ ਅੰਦਰ ਸਟ੍ਰੈਸ ਹੈ, ਉਹ ਕਿਉਂ ਅਚਨਚੇਤ ਗੱਲ ਕਰਕੇ ਉਸ ਸਟ੍ਰੈਸ ਨੂੰ ਵਧਾਵੇ? ਰਾਈਟ, ਉਹ ਫੀਲ ਕਰੇ ਇਸ ਵੇਲੇ ਇਹ ਗੱਲ ਮੇਰੀ ਦੱਸਣੀ ਬਣਦੀ ਨਹੀਂ, ਕਿਉਂਕਿ ਇਹਨਾਂ ਤੋਂ ਪਤਾ ਲੱਗ ਰਿਹਾ ਸਟ੍ਰੈਸ ਚ ਨੇ, ਚਿੰਤਾ ਚ ਨੇ। ਐਸਾ ਰਿਸ਼ਤਾ ਅਗਰ ਉਹ ਨਹੀਂ ਉਸ ਤਰ੍ਹਾਂ ਨਿਭ ਰਿਹਾ ਤਾਂ ਕਿੱਥੇ ਘਾਟ ਹੈ? ਫੀਲਿੰਗ ਲੈਵਲ ਤੇ। ਬਿਲਕੁਲ। ਗੁਰੂ ਪਾਤਸ਼ਾਹ ਦਾ ਪਹਿਲਾ ਮੋਤੀ ਤੁਹਾਡੇ ਮਹਿਸੂਸ ਕਰਨ ਦਾ ਤਲ ਅਪਗ੍ਰੇਡ ਕਰ ਦੇਣਾ ਜੀ। ਔਰ ਮੈਨੂੰ ਵਿਸ਼ਵਾਸ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀ ਇਸ ਖਜ਼ਾਨੇ ਤੇ, ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੀ ਕਲਾ ਤੇ। ਤੁਸੀਂ ਬਹੁਤ ਸੋਹਣਾ ਸ਼ਬਦ ਵਰਤਿਆ ਸੀ ਕਿ ਦਰਸ਼ਕ ਕਾਪੀ ਪੈਨ ਲੈ ਕੇ ਬੈਠਣ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਕੁਝ ਦਰਸ਼ਕ ਸ਼ਾਇਦ ਬ੍ਰੇਕ ਤੋਂ ਪਹਿਲਾਂ ਕਾਪੀ ਪੈਨ ਨਾ ਰੱਖਿਆ ਹੋਵੇ, ਉਹਨਾਂ ਨੇ ਜ਼ਰੂਰ ਕਾਪੀ ਪੈਨ ਬ੍ਰੇਕ ਵੇਲੇ ਹੀ ਲਿਆਂਦਾ ਹੋਏਗਾ ਜੀ। ਦੂਸਰਾ, ਮੈਂ ਬੇਨਤੀ ਕਰਨੀ ਚਾਹਾਂਗਾ, ਜਿੱਥੇ ਵੀ ਗੁਰਮਤਿ ਕਲਾਸਿਸ ਲੱਗ ਰਹੀਆਂ ਨੇ, ਕੈਂਪ ਲੱਗ ਰਹੇ ਨੇ, ਉਹਦੇ ਜਿਹੜੇ ਟੀਚਰਸ ਨੇ, ਉਹ ਟੀਚਰਸ ਵੀ ਕਾਪੀ ਪੈਨ ਲੈ ਕੇ ਬੈਠਣ। ਇਹ ਕੋਈ ਮੇਰੇ ਤੋਂ ਸਿੱਖਣ ਦੀ ਗੱਲ ਨਹੀਂ, ਗੁਰੂ ਪਾਤਸ਼ਾਹ ਕਿਰਪਾ ਕਰਨਾ, ਮੇਰੇ ਅੰਦਰ ਕੋਈ ਸਿਖਾਉਣ ਦੀ ਉਹ ਇੱਛਾ ਹੈ ਜੀ, ਪਰ ਮੈਨੂੰ ਵਿਸ਼ਵਾਸ ਹੈ ਕਿ ਗੁਰੂ ਪਾਤਸ਼ਾਹ ਦਾ ਇਹ ਖਜ਼ਾਨਾ, ਗੁਰੂ ਗਿਆਨ ਸਮੁੰਦਰ ਖਜ਼ਾਨਾ ਹੈ ਹੀ ਇਤਨਾ ਕੀਮਤੀ ਜੀ। ਕਹਿੰਦੇ ਫਲਦਾਰ ਬ੍ਰਿਕਸ਼ ਕੋਲੇ ਜਾਓ ਨਾ, ਉਹਦੇ ਕੁਛ ਰੋੜਾ ਨਾ ਵੀ ਮਾਰੋ, ਥੱਲੇ ਪਏ ਬਥੇਰੇ ਮਿਲ ਜਾਂਦੇ ਨੇ। ਠੀਕ, ਇਹ ਟੀਚਰਸ ਨੂੰ ਬਹੁਤ ਕੁਛ ਨੋਟਸ ਮਿਲਣਗੇ। ਉਹ ਇਸ ਐਪੀਸੋਡ ਨੂੰ ਐਜ਼ ਇਟ ਇਜ਼ ਅਗਰ ਉਹ ਕਲਾਸ ਵਿੱਚ ਵੀ ਡਿਸਪਲੇ ਕਰ ਦਿੰਦੇ ਨੇ, ਤੇ ਉਹਦੇ ਵਿੱਚੋਂ ਵੀ ਸਟੂਡੈਂਟਸ ਨੂੰ ਵੀ ਮਿਲਣਗੇ। ਕਾਪੀ ਪੈਨ ਲੈ ਕੇ ਬੈਠਿਆ ਜਾਵੇ। ਆਪਾਂ ਸਾਰਿਆਂ ਨੇ ਯਤਨ ਕਰਨਾ, ਸਾਡਾ ਮਹਿਸੂਸ ਕਰਨ ਦਾ ਜਿਹੜਾ ਤਲ ਹੈ, ਫੀਲਿੰਗ ਲੈਵਲ ਅਪਗ੍ਰੇਡ ਬਣੇ। ਠੀਕ, ਓਕੇ। ਸੈਕੰਡ ਹੈ ਜੀ ਅਹਿਸਾਸ ਕਰਨਾ, ਰਿਅਲਾਈਜ਼ ਕਰਨਾ। ਮਹਿਸੂਸ ਤੇ ਹੋ ਗਿਆ, ਠੀਕ, ਪਰ ਜੇ ਰਿਅਲਾਈਜ਼ ਨਹੀਂ ਕੀਤਾ, ਦੇਖੋ ਘਰਾਂ ਵਿੱਚ ਕੀ ਵਾਪਰਦਾ ਹੈ ਜੀ। ਮੰਮੀ ਜਾਂ ਡੈਡੀ ਬੱਚੇ ਨੂੰ ਕੁਝ ਕਹਿੰਦੇ ਨੇ, ਉਹ ਲੱਗਿਆ ਡਿਵਾਈਸ ਤੇ, ਮੋਬਾਈਲ ਤੇ ਜਾਂ ਹੋਰ ਤੇ ਟਿਕ 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 ਮੈਸੇਜ ਕਰ ਰਿਹਾ। ਪਤਾ ਮਾਂ ਨੂੰ ਵੀ ਲੱਗ ਗਿਆ ਵੀ ਮੈਨੂੰ ਇਗਨੋਰ ਕਰ ਰਿਹਾ, ਪਤਾ ਪਿਤਾ ਜੀ ਨੂੰ ਵੀ ਲੱਗ ਗਿਆ। ਜਦੋਂ ਇਹ ਜੇ ਐਪੀਸੋਡ ਤੋਂ ਉਹਨਾਂ ਨੂੰ ਲੱਗਿਆ, ਜਿਵੇਂ ਆਪਾਂ ਪਿੱਛੇ ਬੱਚਿਆਂ ਵਾਲਾ ਕਵਰ ਕੀਤਾ ਸੀ, ਵੀ ਆਹ ਸਿੰਪਟਮ ਦਿਸ ਰਿਹਾ ਇਹਦਾ ਇਗਨੋਰੈਂਸ ਦਾ, ਫਿਰ ਉਹ ਕਹਿੰਦੇ ਨੇ। ਜਦੋਂ ਉਹ ਕਹਿੰਦੇ ਨੇ ਫਿਰ ਨਹੀਂ ਮੰਨਦਾ, ਤੇ ਨੈਚੁਰਲ ਹੈ ਮਾਤਾ ਪਿਤਾ ਨੂੰ ਗੁੱਸਾ ਆ ਜਾਣਾ ਜੀ, ਖਿੱਝ ਜਾਣਾ, ਨੈਚੁਰਲ ਪ੍ਰੋਸੈਸ ਹੈ। ਬੱਚੇ ਨੂੰ ਕੌੜਾ ਲੱਗਦਾ ਹੈ, ਉਹਦਾ ਮਹਿਸੂਸ ਕਰਨ ਦਾ ਲੈਵਲ ਅਪਗ੍ਰੇਡ ਕਰਨਾ ਪਏਗਾ। ਪੁੱਤਰਾ ਐ ਧੀਏ, ਤੈਨੂੰ ਕੌੜਾ ਨਹੀਂ ਲੱਗਣਾ ਚਾਹੀਦਾ, ਮੰਮੀ ਕੋਲੇ ਰਾਈਟ ਹੈ, ਡੈਡੀ ਕੋਲੇ ਰਾਈਟ ਹੈ ਜੀ। ਮੈਨੂੰ ਨਹੀਂ ਪਤਾ ਇਹਨਾਂ ਦੇਸ਼ਾਂ ਦੀ ਫਿਲਾਸਫੀ ਕੀ ਹੈ, ਮੈਨੂੰ ਨਹੀਂ ਪਤਾ ਆਮ ਦੁਨੀਆ ਦੀ ਫਿਲਾਸਫੀ ਕੀ ਹੈ, ਪਰ ਮੇਰੇ ਗੁਰੂ ਪਾਤਸ਼ਾਹ ਦੀ ਫਿਲਾਸਫੀ ਤੇ ਮੈਨੂੰ ਭਰੋਸਾ ਹੈ। ਜਿਨ ਕੇ ਜਣੇ ਵਡੀਰੇ ਤੁਮ ਹੋ, ਤਿੰਨ ਸੰ ਝਗਰਤ ਪਾਪ। ਆਪਣੇ ਪੇਰੈਂਟਸ ਦੇ ਨਾਲ ਅਨਸੈਸਰੀ ਆਰਗੂਮੈਂਟ ਕਰਨੀ, ਝਗੜਾ ਕਰਨਾ ਪਾਪ ਹੈ। ਤਾਂ ਇਹ ਪੁੱਤਰ ਐ ਧੀਏ, ਤੇਰੀ ਮੰਮੀ ਦੇ ਕੋਲ, ਤੇਰੇ ਡੈਡੀ ਦੇ ਕੋਲ ਰਾਈਟ ਹੈ। ਉਹ ਝਿੜਕ ਨਹੀਂ ਰਹੇ, ਉਹ ਦੁਖੀ ਨੇ, ਵਰੀਡ ਨੇ, ਤੇਰੇ ਬਾਰੇ ਚਿੰਤਾ ਕਰ ਰਹੇ ਨੇ ਜੀ। ਜਿਸ ਦਿਨ ਉਹਨੂੰ ਰਿਅਲਾਈਜ਼ ਹੋ ਗਿਆ, ਮਹਿਸੂਸ ਤੇ ਉਹਨੂੰ ਹੋ ਗਿਆ, ਜਦੋਂ ਆਪਾਂ ਝਿੜਕ ਕੇ ਕਹਿੰਦੇ ਉਹਨੂੰ ਮਹਿਸੂਸ ਹੋ ਗਿਆ ਵੀ ਇਟ ਵਾਜ਼ ਮਾਈ ਫਾਲਟ, ਮੇਰੀ ਮਿਸਟੇਕ ਸੀ, ਇਹ ਮੇਰੀ ਗਲਤੀ ਸੀ, ਉਹਨੂੰ ਮਹਿਸੂਸ ਹੋ ਗਿਆ, ਪਰ ਹਾਲੇ ਰਿਅਲਾਈਜ਼ ਨਹੀਂ ਹੋਇਆ। ਤਾਂ ਆਹ ਦੋ ਲੈਵਲ ਮੇਰੇ ਗੁਰੂ ਪਾਤਸ਼ਾਹ ਦੀ ਬਾਣੀ ਜਦੋਂ ਅਪਗ੍ਰੇਡ ਕਰੇਗੀ, ਬਾ ਕਮਾਲ ਹੈ। जे असी गुरु पातशाह के खजाने नूं जिवें आपां समुंदर नूं दूरों देखते हैं, वैसे तो हर बंदा पुछ के देखियो कित्थे जाके कहना समुंदर देख के आए हैं, तो उन्होंने कभी पुछ के देखो समुंदर देख के आए, समुंदर का किनारा देख के आए, वो कहूगा किनारा देख के आए जी। फिर उन्होंने तीसरा सवाल पुछ के देखो समुंदर का किनारा देख के आए या किसी एक थां ते खड़ के थोड़ा जा हिस्सा देख के आए, हिस्सा देख के आए। जे असी गुरु पातशाह के गुरु ग्यान समुंदर के इदा किनारे वाल भी झाती मारीए ना तो बड़ी कमाल की चीज़ है। लेआउट जिहड़ा है उहदे तीन पार्ट्स ने जी, पहले पावन अंग 1 ਤੋਂ ਲੈ ਕੇ 13 तक, ठीक है, पेज नंबर 1 ਤੋਂ ਪੇਜ ਨੰਬਰ 13 जी, उत्थे पन्ना लिखिया होया गुरु ग्रंथ साहिब जी दे इंडेक्स दे विच जी। 4 टाइटल ने, जाप, सोदर, सोपुरख, सोहिला जी। सैकंड पार्ट है 31 राग, शुरू हुंदे ने श्री राग तो जी, लास्ट राग है जजावंती। पावन अंग 14 ਤੋਂ ਲੈ ਕੇ 1353 जी, पेज नंबर 13 ਤੋਂ ਪੇਜ ਨੰਬਰ 1353 तक जी। तो ਉਹਦੇ ਵਿੱਚ ਮਿਸ਼ਰਤ ਰਾਗ ਵੀ ਨੇ, ਜਿਵੇਂ ਸੋਹਿਲਾ ਸਾਹਿਬ ਵਿੱਚ ਸੋਹਿਲਾ ਰਾਗ ਗੌੜੀ, ਦੋ ਅਲੱਗ-ਅਲੱਗ ਰਾਗ ਹੈ, ਸੌਰੀ ਰਾਗ ਗੌੜੀ ਦੀਪਕੀ ਜੀ। ਗੌੜੀ ਗੰਭੀਰ ਹੈ, ਦੀਪਕ ਚੰਚਲ ਹੈ, ਨਾ ਇੰਨਾ ਚੰਚਲ ਹੋਵੇ ਕਿ ਅਸਲੀ ਨਿਸ਼ਾਨੇ ਛੱਡ ਜਾਵੇ, ਨਾ ਇਤਨਾ ਗੰਭੀਰ ਹੋਵੇ ਕਿ ਫਿਕਰੀ ਨਾ ਕਰੇ, ਤੇ ਦੋਨਾਂ ਨੂੰ ਮਿਕਸ ਕੀਤਾ। ਇਸ ਤਰ੍ਹਾਂ ਉਹ ਜਿਹੜੇ ਨੇ ਸੈਕੰਡ ਜਿਹੜਾ ਸੈਕਸ਼ਨ ਹੈ, ਠੀਕ ਹੈ। ਥਰਡ ਸੈਕਸ਼ਨ ਦੇ ਵਿੱਚ ਸ਼ਲੋਕ ਸੰਸਕ੍ਰਿਤੀ, ਫਿਰ ਭਗਤ ਕਬੀਰ ਜੀ ਦੇ, ਭਗਤ ਫਰੀਦ ਜੀ ਦੇ ਸ਼ਲੋਕ, ਫਿਰ ਗੁਰੂ ਸਾਹਿਬ ਦੇ ਸਵਈਏ, ਭੱਟਾਂ ਦੇ ਸਵਈਏ, ਅਖੀਰ ਤੇ ਸ਼ਲੋਕ, ਇਸ ਤਰ੍ਹਾਂ ਇਹ ਲਾਸਟ ਸੈਕਸ਼ਨ ਹੈ ਜੀ। ਜੇ ਵਿਚਕਾਰ ਆਪਾਂ ਗੱਲ ਕਰੀਏ ਤਾਂ ਇੱਕ ਪੂਰੀ ਸਿਮਟਰੀ ਹੈ, ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਆਉਣਗੇ ਜੀ, ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ, ਕਿਉਂਕਿ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕੋਈ ਵੀ ਸ਼ਬਦ, ਚੌਪਦੇ, ਪੰਚਪਦਾ, ਬਾਣੀ ਨਹੀਂ ਉਚਾਰਨ ਕੀਤੀ, ਉਹਨਾਂ ਕੇਵਲ ਸ਼ਲੋਕ ਉਚਾਰਨ ਕੀਤੇ, ਤੇ ਉਹਨਾਂ ਦੇ ਸ਼ਲੋਕ ਜਿਹੜੇ ਨੇ ਉਹ ਵਾਰਾਂ ਦੇ ਵਿੱਚ ਹੈ ਜੀ। ਤੇ ਉਸ ਤੋਂ ਬਾਅਦ ਭਗਤਾਂ ਦੀ ਬਾਣੀ, ਵਾਰਾਂ, ਇਸ ਤਰ੍ਹਾਂ ਸਿਮਟਰੀ ਹੈ। ਫਿਰ ਇਸ ਸਿਮਟਰੀ ਦੇ ਅੰਦਰ ਵੀ ਬੜੀ ਕਮਾਲ ਦੀ ਚੀਜ਼ ਹੈ, ਪਹਿਲਾਂ 2 ਪਦੇ, 3 ਪਦੇ, 4 ਪਦੇ, ਅਸ਼ਟਪਦੀਆਂ, ਇਦਾਂ ਹੈ, ਫਿਰ ਬਾਣੀਆਂ। ਹੋਰ ਇੱਕ ਕਮਾਲ ਦੀ ਸਿਮਟਰੀ ਹੈਗੀ, ਉਹ ਹੈਗੀ ਹੈ ਕਿ ਉਹਦੇ ਚ ਕਨਸੈਪਟ, ਠੀਕ ਹੈ, ਸ਼ਾਇਦ ਬਹੁਤੇ ਸਰੋਤੇ ਇਸ ਪਾਸੇ ਧਿਆਨ ਨਹੀਂ ਦਿੰਦੇ ਜਾਂ ਜਿਹੜੇ ਪਾਠ ਕਰਨ ਵਾਲੇ ਨੇ। ਅਖੀਰ ਦੇ ਸ਼ਬਦਾਂ ਦੇ ਅਖੀਰ ਤੇ ਕਾਊਂਟਿੰਗ ਕੀਤੀ ਹੁੰਦੀ ਹੈ, ਠੀਕ ਹੈ। ਉਹ ਕਾਊਂਟਿੰਗ ਪਹਿਲਾਂ ਹੁੰਦਾ ਕਿ ਇਹਦੇ ਟੋਟਲ ਸਟੈਂਜਾਸ ਕਿੰਨੇ ਨੇ, ਪਦਾ ਕਿੰਨੇ ਨੇ, ਫਿਰ ਹੁੰਦਾ ਇਹ ਸ਼ਬਦ ਦਾ ਕਨਸੈਪਟ ਕਿੱਥੋਂ ਚੱਲ ਪਿਆ, ਫਿਰ ਉਹ ਸਭ ਕਨਸੈਪਟ ਕਿੱਥੋਂ ਚੱਲਿਆ ਜੀ। ਜਿੱਥੇ ਗੁਰਬਾਣੀ ਦੀ ਪੰਕਤੀ ਐਂਡ ਹੁੰਦਾ ਉੱਥੇ 2 ਡੰਡੀਆਂ, ਫੁੱਲ ਸਟਾਪ, ਸਭ ਤੋਂ ਪਹਿਲਾਂ 1 ਓੰਕਾਰ ਤੋਂ ਲੈ ਕੇ ਗੁਰਪ੍ਰਸਾਦ, ਫਿਰ ਫੁੱਲ ਸਟਾਪ। ਇਹ 32 ਟਾਈਮ ਮੈਂਸ਼ਨਡ ਹੈ ਜੀ, ਔਰ 32 ਸਬਜੈਕਟਸ ਨੇ ਸਾਡੀ ਲਾਈਫ ਦੇ, ਠੀਕ ਹੈ। ਫਿਰ ਉਹਨਾਂ ਨੂੰ ਇੱਕ ਕਨਸੈਪਟ ਦੇ ਵਿੱਚੋਂ ਜਦੋਂ ਸਭ ਕਨਸੈਪਟ ਨਿਕਲਦਾ, ਉੱਥੇ ਕਿਧਰੇ 1 ਓੰਕਾਰ ਸਤਿਗੁਰ ਪ੍ਰਸਾਦ, ਕਿੱਥੇ 1 ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਸ ਤਰ੍ਹਾਂ ਦੇ ਕਰਕੇ ਉਹਦੇ ਸੰਖੇਪ ਸਰੂਪ ਵੀ ਆਉਂਦੇ ਨੇ ਜੀ। ਤਾਂ ਜੇ ਲੇਆਊਟ ਦੇਖ ਕੇ ਵੀ ਇਹਦਾ ਮਨ 'ਚ ਨਿਕਲਦਾ ਸਤਿਗੁਰਾਂ ਕਮਾਲ ਕਰ ਦਿੱਤੀ, ਰਾਗਾਂ ਦੀ ਸਿਮਟਰੀ ਵੀ ਰੱਖੀ, ਉਚਾਰਨ ਕਰਨ ਵਾਲੇ ਦੀ ਸਿਮਟਰੀ ਵੀ ਰੱਖੀ ਜੀ। ਫਿਰ ਉਹਦੇ ਵਿੱਚ ਉਹਦੇ ਸ਼ਬਦਾਂ ਦਾ ਜਿਹੜਾ ਆਕਾਰ ਹੈ, 2 ਪਦੇ, 3 ਪਦੇ, 5 ਪਦੇ, ਉਹਦੀ ਸਿਮਟਰੀ ਵੀ ਰੱਖੀ, ਫਿਰ ਕਨਸੈਪਟ ਦੀ ਸਿਮਟਰੀ ਵੀ ਰੱਖੀ, ਤੇ ਫਿਰ ਇਸ ਗੱਲ ਦਾ ਧਿਆਨ ਵੀ ਰੱਖਿਆ ਕਿ ਪੜਨ ਸੁਣਨ ਵਾਲੇ ਦਾ ਮਹਿਸੂਸ ਕਰਨ ਦਾ ਤੇ ਰਿਅਲਾਈਜ਼ ਕਰਨ ਦਾ ਲੈਵਲ ਕਿਵੇਂ ਅਪਗ੍ਰੇਡ ਹੋਵੇ ਜੀ। ਤੇ ਉਹਨੂੰ ਦੇਖ ਕੇ ਲੱਗਦਾ ਵਾਓ, ਦੁਨੀਆ ਦੇ ਸਮੁੰਦਰ ਮਿਣੇ ਜਾ ਸਕਦੇ ਨੇ, ਦੁਨੀਆ ਦੇ ਸਮੁੰਦਰ ਜਾਣੇ ਜਾ ਸਕਦੇ ਨੇ ਜੀ। ਇਹ ਤਾਂ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਜੀ। ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਤੇ ਮੈਂ ਥੈਂਕ ਯੂ ਕਰਾਂਗਾ ਤੁਹਾਡਾ ਕਿ ਤੁਹਾਡੇ ਮਨ ਅੰਦਰ ਇਹ ਇੱਕ ਸੋਚ ਆਈ। ਮੇਰੇ ਮਨ ਵਿੱਚ ਵੀ ਇੱਕ ਤੜਫ ਸੀ ਕਿ ਜਦੋਂ ਕੋਈ ਵੀ ਮਨੁੱਖ ਸੰਸਾਰ ਤੇ ਆਉਂਦਾ ਉਹ ਚਲਿਆ ਜਾਂਦਾ ਹੈ ਜੀ। ਮੇਰੇ ਪਿਤਾ ਜੀ ਜਿਸ ਦਿਨ ਅਕਾਲ ਚਲਾਣਾ ਕਰਨ ਲੱਗੇ ਨੇ, ਤੇ ਮੇਰੇ ਸਾਡੇ ਮੋਢਿਆਂ ਤੇ ਹੱਥ ਰੱਖ ਕੇ ਕਹਿੰਦੇ ਨੇ, ਪੁੱਤਰਾ ਜਿੰਨਾ ਵੰਡਣਾ ਸੀ ਵੰਡਤਾ, ਬਾਕੀ ਲੈ ਚੱਲਿਆ, ਫਤਿਹ ਬੁਲਾਓ। ਇਹ ਖਜ਼ਾਨਾ ਵੰਡਿਆ ਜਾਵੇ, ਉਹਦੇ ਲਈ ਤੁਸੀਂ ਪਲੇਟਫਾਰਮ ਮੁਹੱਈਆ ਕੀਤਾ। ਸ਼ੁਕਰ ਹੈ ਜੀ ਤੁਹਾਡਾ, ਤੁਸੀਂ ਜੋ ਮਿਲੇ ਤੇ ਇਹ ਸਾਡੇ ਆਪਸ ਵਿੱਚ ਗੱਲਬਾਤ ਹੋਈ ਤੇ ਇਹ ਸਿਲਸਿਲਾ ਸ਼ੁਰੂ ਹੋ ਰਿਹਾ ਹੈ। ਤੁਸੀਂ ਕੰਪੋਜੀਸ਼ਨ ਦੀ ਜਿਹੜੀ ਗੱਲ ਕਰ ਰਹੇ ਹੋ, ਗੁਰੂ ਗ੍ਰੰਥ ਸਾਹਿਬ ਦੀ ਮਹੱਲਾ, ਸ਼ਲੋਕ, ਪਦੇ, ਅਗਲੇ ਐਪੀਸੋਡ ਵਿੱਚ ਆਉਂਗੇ, ਥੋੜ੍ਹਾ ਥੋੜ੍ਹਾ ਇਹਨਾਂ ਨੂੰ ਵੀ ਟੱਚ ਕਰ ਲਈਏ, ਕਿਉਂਕਿ ਕਈ ਵਾਰ ਪਤਾ ਨਹੀਂ ਹੁੰਦਾ ਕਿ ਕੀ ਗੁਰੂ ਸਾਹਿਬ ਨੇ ਕਿਉਂ ਇੰਨੀ ਡਿਫਰੈਂਸ਼ੀਏਸ਼ਨ ਕੀਤੀ। ਤੁਸੀਂ 32 ਸਬਜੈਕਟਸ ਦੀ ਗੱਲ ਕੀਤੀ ਹੈ, ਉਹ ਵੀ ਥੋੜ੍ਹਾ ਟੱਚ ਕਰਨੇ। ਸੋ ਅਗਲੇ ਹਫਤੇ ਅਸੀਂ ਇਸ ਮਿਸ਼ਨ ਦੇ ਵਿੱਚ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਫਿਰ ਸ਼ਾਮਲ ਕਰਾਂਗੇ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਤੁਹਾਡੇ ਕੋਲ ਜੇਕਰ ਕੋਈ ਸਵਾਲ ਹੋਏ ਤਾਂ ਸਾਡੇ ਤੱਕ ਜ਼ਰੂਰ ਪਹੁੰਚ ਕਰਨਾ, 604-603-7555 ਜਾਂ ਫਿਰ ਈਮੇਲ ਜ਼ਰੀਏ harpreet.singh@gmail.com। ਭਾਈ ਸਾਹਿਬ ਨੂੰ ਮਿਲਣਾ ਹੋਏ ਤਾਂ ਤੁਸੀਂ ਇਹਨਾਂ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਨਿਊ ਵੈਸਟਮਿੰਸਟਰ ਵਿੱਚ ਜਾ ਕੇ ਮਿਲ ਵੀ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ ਹੈ 604-375-1230। ਇੱਥੇ ਕਰਨਾ ਪ੍ਰੋਗਰਾਮ ਦੀ ਸਮਾਪਤੀ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁਰਦੁਆਰੇ।